ਜੋ ਦੇਖ ਰਹੇ ਤੁਸੀਂ ਪਿੱਛੇ ਸਕਰੀਨ ਦੇ ਇਹ ਭੈਣ ਜੀ ਬੈਠਿਆ ਨਾ ਹਰਪ੍ਰੀਤ ਕੌਰ ਜੀ ਜਿਨ੍ਹਾਂ ਨੂੰ 2 ਸਾਲ ਤੋਂ ਜਿਹੜੀ ਪ੍ਰੋਬਲਮ ਆਈ ਆ ਕਿ ਬਿਮਾਰ ਹੋਣ ਦੇ ਕਾਰਨ ਜਿਹੜੇ ਦੋਵੇਂ ਚੂਲੇ ਆ ਉਹ ਖਰਾਬ ਹੋ ਚੁੱਕੇ ਆ ਔਰ ਇਹਨਾਂ ਨੇ ਕਾਫੀ ਇਲਾਜ ਕਰਾਇਆ ਉਸ ਤੋਂ ਬਾਅਦ ਜੋ ਡਾਕਟਰ ਨੇ ਦੱਸਿਆ ਕਿ ਜਿਹੜੇ ਚੂਲੇ ਆ ਨਵੇਂ ਪਾਉਣੇ ਪੈਣੇ ਆ ਤੇ ਜਿਸ ਕਰਕੇ ਪਰਿਵਾਰ ਬਹੁਤ ਗਰੀਬ ਆ ਘਰ ਦਾ ਕੋਈ ਕਮਾਈ ਦਾ ਸਾਧਨ ਵੀ ਇਹੋ ਜਿਹਾ ਨਹੀਂ ਆ ਕਿ ਜਿਹੜਾ ਆਪਣਾ ਇਲਾਜ ਕਰਾ ਸਕਣ ਜਿਹੜਾ ਘਰ ਬਣਿਆ ਇਹ ਪਹਿਲਾ ਜਿਹੜਾ ਇਹਨਾਂ ਦੇ ਪਿਤਾ ਜੀ ਵੱਲੋਂ ਸੌਰੇ ਸਾਹਿਬ ਵੱਲੋਂ ਥੋੜੀ ਬੋਦੀ ਕਮਾਈ ਕਰਕੇ ਘਰ ਬਣਾਇਆ ਵਾ ਤੇ ਜਿਹੜਾ ਹੁਣ ਸਾਧਨ ਨਹੀਂ ਹੈਗਾ ਕੋਈ ਕਮਾਈ ਦਾ ਸਾਧਨ ਉਹ ਜਿਹੜਾ ਇਲਾਜ ਕਰਾ ਸਕਣ ਤੇ ਇਹ ਪਰਿਵਾਰ ਨੇ ਜੋ ਮੰਗ ਕਰ ਰਹੀ ਆ ਐਨਜੀਓ ਟੀਮ ਜਾਂ ਸੇਵਾ ਸੁਸਾਇਟੀਆਂ ਕਿ ਇਸੋ ਜਿਹੇ ਪਰਿਵਾਰਾਂ ਦੇ ਨਾਲ ਜਿਹੜਾ ਮਿਲ ਕੇ ਇਹਨਾਂ ਦੀ ਜੋ ਬਣਦੀ ਮਾਇਤਵਾ ਕੀਤੇ ਇਲਾਜ ਕਰਾਇਆ ਜਾਵੇ ਜੋ ਇਹਨਾਂ ਦਾ ਸਕਰੀਨ ਤੇ ਨੰਬਰ ਵੀ ਆਇਆ ਹੋਵੇਗਾ ਇਹਨਾਂ ਦਾ ਨੰਬਰ 7717 4164 64 64 ਆਸ ਕਰਾਂਗੇ ਕਿ ਬਹੁਤ ਹੀ ਜੜੇ ਪਰਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਸਾਡੀ ਚੈਨਲ ਰਾਹੀਂ ਮਾਇਤ ਹੋਈ ਆ ਤੇ ਅਸੀਂ ਆਸ ਕਰਾਂਗੇ ਇਸ ਪਰਿਵਾਰ ਦੇ ਵੀ ਬਹੁਤ ਮਾਇਤ ਹੋਵੇਗੀ। ਹੋਰ ਜਿਹੜਾ ਵੀ ਵੀਰ ਕੋਈ ਵੀਡੀਓ ਵੇਖਦਾ ਇਹਨੂੰ ਵਾਤੋਂ ਤੇ ਸ਼ੇਅਰ ਕਰਨ ਜਿਹੜੇ ਦਾਨੀ ਸੱਜਣਾ ਤੱਕ ਪਹੁੰਚ ਕੇ ਇਹ ਪਰਿਵਾਰ ਦੀ ਜਿਹੜੀ ਬਣਦੀ ਆ ਉਹ ਸਹਾਇਤਾ ਕੀਤੀ ਜਾਵੇ ਜਿਹੜੀ ਭੈਣ ਜੀ ਆਪਣੇ ਠੀਕ ਠਾਕ ਹੋ ਕੇ ਆਪਣੇ ਬੱਚਿਆਂ 'ਚ ਬੈਠ ਜਾਣ ਜੋ ਆਪਣਾ ਕੰਮ ਥੋੜਾ ਬਦਲ ਕਰ ਰੇ ਲੂ ਕੰਮ ਕਰ ਲੈਣ ਇਹਨਾਂ ਦੇ ਦੋ ਬੱਚੇ ਆ। ਇੱਕ ਬੇਟੀ ਤੇ ਇੱਕ ਬੇਟਾ ਹੈ ਔਰ ਜੋ ਸੱਸ ਸਹੁਰਾ ਵੀ ਬਜ਼ੁਰਗ ਆ। ਤੇ ਜਿਸ ਕਰਕੇ ਅਸੀਂ ਆਸ ਕਰਾਂਗੇ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਇਹ ਹੀ ਕਿਹਾ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਜਿਹੜੇ ਵੀਰ ਇਸ ਵੀਡੀਓ ਨੂੰ ਵੇਖਦੇ ਬਾਅਦ ਉਹ ਸ਼ੇਅਰ ਕਰਨ ਬਹੁਤ ਧੰਨਵਾਦ ਦਿਓ ਰੋ ਦਿਵਿੰਦਰ ਸਿੰਘ ਦੇ ਨਾਲ ਮਸਕਾ ਚਸਕਾ ਖਾਸ ਖਬਰ ਪਿੰਡ ਇਨਨਕੋਟ ਸਤਿ ਸ਼੍ਰੀ ਅਕਾਲ ਕੀ ਨਾਂ ਪਿੰਡ ਦਾ ਹਰਪ੍ਰੀਤ ਕੋ ਕਿਹੜਾ ਪਿੰਡ ਹੈ ਇਨਨਕੋਟ ਤੇ ਕੀ ਪ੍ਰੋਬਲਮ ਹੈ ਤੁਹਾਨੂੰ ਮੇਰੀ ਲੱਤਾਂ ਦੀ ਪ੍ਰੋਬਲਮ ਪਹਿਲਾਂ ਤੁਰਿਆ ਨਹੀਂ ਜਾਂਦਾ ਤੇ ਹੁਣ ਦੱਸਿਆ ਕਿ ਚੂੜੇ ਪਹਿਣੇ ਦੋਨੋਂ ਕਿੰਨਾ ਤੇ ਕਿੰਨਾ ਖਰਚਾ ਦੱਸਿਆ ਗਿਆ ਡੇਢ ਤੋਂ 2 ਲੈ ਤੇ ਪਹਿਲਾਂ ਕੋਈ ਦਵਾਈਦਾਰੂ ਚੱਲਾ ਤੜਾ ਹਾਂਜੀ ਬਥੇਰੀ ਦਵਾਈ ਖਾਧੀ ਪਰ ਭੁਗਮਾਨ ਨੇ ਤੇ ਛੇ ਹੁਣ ਕਿੱਥੋਂ ਤੜਾ ਪਰਿਸ਼ਕਿਤ ਹੋਣਾ ਵਾ ਦੱਸਿਆ ਕੋਈ ਨੇ ਹਸਪੀਟਲ ਨੇ ਕਿੰਨਾ ਖਰਚ ਆ ਜਾਏਗਾ ਹਾਂਜੀ ਜਿਹਨੇ ਪਰਸ਼ੰਦਾ ਦੱਸਿਆ ਤੇ ਕਿੰਨਾ ਦੱਸਿਆ ਨਾ ਕਿੰਨਾ ਖਰਚ ਆਊਗਾ ਡੇਢ ਦੋ ਜਦ ਕਿਤੇ ਪਿੰਡ ਵਾਸੀਆਂ ਤੁਹਾਡੀ ਕੋਈ ਮਾਇਤ ਕੀਤੀ ਹੋਏ ਪਹਿਲਾਂ ਹਾਂਜੀ ਨਹੀਂ ਅਜੇ ਕਹਿੰਦੇ ਕਿ ਜੇ ਗਰਾਈ ਕਰੀ ਮਿਲੂਗਾ ਫੇਰ ਕਰਾਂਗੇ ਤੇ ਕਿੰਨੇ ਬੱਚੇ ਤੁਹਾਡੇ ਦੋ ਕਿਹਨੇ ਕਿਹਨੇ ਸਾਲ ਦੇ ਬੱਚੇ ਇੱਕ 6 ਸਾਲ ਦਾ ਤੇ ਇੱਕ 7 ਸਾਲ ਦਾ ਤੁਹਾਡੇ ਘਰ ਵਾਲੇ ਕੀ ਕਰਦੇ ਆ ਦਿਹਾੜੀਦਾਰ ਤੇ ਤੁਹਾਡੇ ਸਹਰਾ ਜੋ ਉਹ ਵੀ ਦਿਹਾੜੀ ਤੱਕ ਨਾਲ ਬਜ਼ੁਰਗ ਵਾ ਨੂੰ ਕੁਮਾਰ ਸਾਦੇ ਤੁਹਾਡਾ ਕੋ ਮੋਬਾਈਲ ਨੰਬਰ ਜਾਂ ਤੁਹਾਨੂੰ ਹਾਂਜੀ 7717 7717 946 416 664 ਸੋ ਪਰਿਵਾਰ ਕੋ ਜਿਹੜੀ ਗੱਲ ਨਹੀਂ ਪੂਰੀ ਹੋ ਰਹੀ ਜੋ ਬਹੁਤ ਹੀ ਦੁਖੀ ਹਨ ਕਿ ਅੱਜ ਕੱਲ ਆਪਣਾ ਸਰੀਰ ਠੀਕ ਆ ਤੇ ਬੰਦਾ ਠੀਕਾ ਕੰਮ ਫਿਰ ਕਰ ਸਕਦਾ ਜੋ ਕਿ ਬਹੁਤ ਹਿਲਾਤ ਕਰ ਦਿਖਦੇ ਆ ਜੋ ਪਹਿਲਾ ਜਿਹੜਾ ਘਰ ਬਣਿਆ ਵਾ ਇਹਨਾਂ ਦੇ ਠੀਕ ਠਾਕ ਪਰਿਵਾਰ ਦੇ ਵਿੱਚ ਤੇ ਹੁਣ ਜਿਹੜੀ ਬਹੁਤ ਹੀ ਮੁਸ਼ਕਲ ਹੋਈ ਆ ਤੇ ਜੋ ਭੈਣ ਜੀ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਚੂਲੇ ਆ ਦੋਵੇਂ ਉਹ ਬਦਲੀ ਹੋਣ ਵਾਲੇ ਆ ਔਰ ਜਿਹੜਾ ਖਰਚਾ ਵਾ 1.5 ਤੋਂ 2 ਲੱਖ ਰੁਪਏ ਖਰਚਾ ਦੱਸਿਆ ਗਿਆ ਵਾ ਤੇ ਪਰਿਵਾਰ ਇਲਾਜ ਨਹੀਂ ਕਰਾ ਸਕਦਾ ਵਾਤ ਵਾਤਾਂ ਮਾਇਤ ਕੀਤੀ ਜਾਵੇ ਹੋਰ ਭੈਣ ਜੀ ਤੁਸੀਂ ਆਪਣਾ ਕਿਦਾਂ ਦੀ ਮੰਗ ਕਰਦੇ ਹੋ ਕਿਦਾਂ ਦੇ ਐਨਜੀਓ ਤੋਂ ਕਿਦਾਂ ਦੀ ਮੰਗ ਕਰਦੇ ਹੋ ਕਿੰਤ ਮਾਇਦੀ ਮੈਂ ਮਜਦ ਕੀਤੀ ਜਾਵੇ ਸਾਡੇ ਪੈਸਿਆਂ ਤੇਲੇ ਦੀ ਲਾ ਕੇ ਇਲਾਜ ਕਰ ਹੋ ਸਕੇ ਤੇ ਨਾਲ ਇਹਨਾਂ ਦੇ ਬੈਠੇ ਜੋ ਇਹਨਾਂ ਦੇ ਮਾਤਾ ਜੀ ਉਹਨਾਂ ਨੇ ਵੀ ਗੱਲ ਕਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਮਨਜੀਤ ਕੌਰ ਥੋੜਾ ਉੱਚੀ ਬੋਲੋ ਮਨਜੀਤ ਕੌਰ ਤੇ ਕੀ ਤੁਹਾਡੀ ਨਾਣ ਕੀ ਪ੍ਰੋਬਲਮ ਆ ਇਹ 2 ਸਾਲ ਹੋ ਗਏ ਹਨ ਇਲਾਜ ਕਰਾਉਂਦੇ ਨੂੰ ਬਹੁਤ ਥੱਕੇ ਖਾਡੇ ਤੇ ਪਰ ਹੁਣ ਸਾਡੀ ਬੇਵਾਹ ਹੋ ਗਈ ਹੈ ਤੇ ਪੈਸੇ ਇਲਾਜ ਨਹੀਂ ਕਰਾ ਸਕਦੇ ਖਰਚਾ ਦੱਸਿਆ ਗਿਆ ਬਾਹਰ ਧਿਆਨ ਦੇ ਵੀ ਜੋ 3 ਲੱਖ ਦਾ ਖਰਚਾ ਵਾਦੇ ਪਰ 2 ਲੱਖ ਮੰਗਿਆ ਡਾਕਟਰ ਹੁਣ ਤੁਸੀਂ ਐਂ ਜੋ ਟੀਮ ਜਾਂ ਸਿਵਲ ਸੁਸਾਇਟੀ ਉਪਰ ਕਿੱਦਾਂ ਦੀ ਮੰਗ ਕਰਦੇ ਹੋ ਅਸੀਂ ਇਹਨੇ ਕਿ ਨਾ ਪੰਚਪੰਚਨਦਰ ਸਿੰਘ ਜੀ ਪਿੰਡਾਂ ਨਕੋੜ ਦੇ ਰਹਿਣ ਵਾਲੇ ਆ ਜਿਹੜੀ ਇਹਨਾਂ ਦੇ ਕੀ ਪ੍ਰੋਬਲਮ ਆੜੀ ਪ੍ਰੋਬਲਮ ਇਹਨਾਂ ਨੂੰ ਕਾਫੀ ਹਦ 2 ਸਾਲ ਦੇ ਤੋਂ ਆਈ ਆ ਪਹਿਲਾਂ ਬਿਲਕੁਲ ਠੀਕ ਠਾਕ ਸੀਗੇ ਸਾਰਾ ਪਰਿਵਾਰ ਬਿਲਕੁਲ ਸਹੀ ਸੀਗਾ ਸਹੀ ਸਿਹਤਮੰਦ ਸੀਗੇ ਅੱਜ ਜਦ ਉਹਦੇ ਬਿਮਾਰੀ ਪੈ ਗਈ ਆ ਤੇ ਕੋਈ ਘਰ ਦੇ ਵਿੱਚ ਇੱਕ ਇਹਨਾਂ ਦਾ ਬੇਟਾ ਵੀ ਇਸ ਤਰ੍ਹਾਂ ਹੋ ਗਿਆ ਸੀਗਾ ਨੌਜਵਾਨ ਸੀਗਾ ਉਹ ਵੀ ਕੁਆਰਾ ਸੀ ਜੋ ਮਤਲਬ ਕਮਾਈ ਵਾਲਾ ਸਾਧਨ ਸੀ ਇਹਨਾਂ ਦੇ ਕੋ ਤੇ ਹੁਣ ਅੱਜ ਜੋ ਇੱਕ ਇਲਾਜ ਨਹੀਂ ਕਰਵਾ ਸਕਦੇ। ਇਹਨਾਂ ਦੇ ਬੱਚਾ ਕੀ ਕਰਦੇ ਇਹਨਾਂ ਦਾ ਬੇਟਾ ਤੇ ਇਹਨਾਂ ਦੇ ਘਰ ਵਾਲੇ ਕੀ ਕਰਦੇ ਇਹਨਾਂ ਦਾ ਕਰਦਾ ਵੇ ਡੈਡੀ ਦਾ ਪਾ ਕਰ ਰਹੇ ਨੇ ਤੇ ਇਹਨਾਂ ਦੇ ਸਹੁਰਾ ਸਾਹਿਬ ਵੀ ਡੈਡੀ ਦਾ ਪਾ ਕਰ ਰਹੇ ਬਜੁਰਗ ਨੇ ਵੈਸੇ ਵੀ ਉਹ ਪਿੰਡ ਵੱਲੋਂ ਕੋਈ ਮਦਦ ਕੀਤੀ ਕਿ ਇਹਨਾਂ ਦੀ ਪਰਿਵਾਰੀਆਂ ਪਿੰਡ ਨਹੀਂ ਕਰ ਸਕਦਾ ਇਹਦੀ ਮਦਦ ਇਹਨਾਂ ਨੇ ਪਿੰਡ ਥੋੜੀ ਬਾਲੀ ਮਦਦ ਕਰ ਸਕਦੇ ਜਦੋਂ ਕੋਈ ਮੜਾ ਮੋਟਾ ਇਲਾਜ ਚੱਲ ਪੂਗਾ ਤੇ ਫਿਰ ਇਹਨਾਂ ਨੇ ਨਾਲ ਮਦਦ ਕਰਨਗੇ ਜ਼ਰੂਰ ਪਿੰਡ ਵਾਲੇ ਵੀ ਪਰ ਜ਼ਿਆਦਾ ਮੈਂ ਨਹੀਂ ਕਰ ਸਕਾਂ ਜੀ ਹਰ ਬੰਦਾ ਡੈਡੀ ਦਾ ਗੱਲ ਦਿੱਸ ਗਿਆ ਇਹਨਾਂ ਦਾ ਖਰਚਾ ਜੇ ਇਹਨਾਂ ਨੂੰ ਪਤਾ ਕੀਤਾ ਸੀਗਾ ਕਹਿੰਦੇ ਵੀ 1.5 ਤੋਂ 2 ਤੁਸੀਂ ਹੁਣ ਐਨਜੀਓ ਟੀਮ ਜਾਂ ਸੇਵਾ ਸੁਸਾਇਟੀ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਜੀ ਬਹੁਤ ਜਗ੍ਹਾ ਤੇ ਵੇਖੀਦਾ ਵੀਡੀਓ ਵਾਇਰਲ ਹੁੰਦੇ ਜਾਂਦੇ ਉਹਨਾਂ ਨੇ ਬਹੁਤ ਥਾਈਆਂ ਇਸੇ ਤਰ੍ਹਾਂ ਗਰੀਬਾਂ ਦੀਆਂ ਬਾਵਾਂ ਫੜ ਜਾਂਦੇ ਤੇ ਉਹਨਾਂ ਦਾ ਇਲਾਜ ਕਰਵਾਇਆ ਤੇ ਇਸੇ ਤਰ੍ਹਾਂ ਇਹਨਾਂ ਦੀ ਵੀ ਮਦਦ ਕੀਤੀ ਜਾਂਦੀ ਹੈ